ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਾਜ਼ਰਾਂ ਜੀ ਕਿਸਾਨ ਵੀਰਾਂ ਵਾਸਤੇ ਇੱਕ ਨਵੀਂ ਜਾਣਕਾਰੀ ਲੈ ਕੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਸਾਨ ਵੀਰੋ ਇਸ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣੋ ਤੇ ਵੇਖਿਓ ਕਿਉਂਕਿ ਅਧੂਰੀ ਜਾਣਕਾਰੀ ਨਾਲ ਕਈ ਵਾਰੀ ਫਾਇਦੇ ਦੀ ਥਾਂ ਤੇ ਨੁਕਸਾਨ ਹੋ ਜਾਂਦਾ ਹੈ ਖੇਤੀਬਾੜੀ ਮਸ਼ੀਨਾਂ ਅਤੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਜਿਹੜੀ ਬਿਨੇ ਪੱਤਰਾਂ ਦੀ ਸਰਕਾਰ ਦੁਆਰਾ ਮੰਗ ਕੀਤੀ ਗਈ ਹੈ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਬੇਲਰ, ਰਾਊਡ, ਰਕਟੰਗਲਰ, ਸਕੁਅਰ ਜਾਨੀ ਰੇਕ, ਵੀਲ ਵਾਲੀ ਗਾਈਰੋ, ਰੋਟੋ ਕਲਟੀਵੇਟਰ ਜਾਂ ਰੋਟੋ ਪਲਡਰ, ਪਾਵਰ ਹੈਰੋਂ, ਕਰਾਪ ਰੀਪਰ, ਕੰਬਾਈਨਰ ਅਤੇ ਰੈਜ਼ਡ ਬੈੱਡ ਇਨਕਲਾਈਡ ਪਲੇਟ ਪਲੈਂਟਰ ਜਾਨੀ ਮੇਜ਼, ਕਾਟਨ, ਮੱਕੀ ਤੇ ਕਪਾਹ, ਨਿਊਮੈਟਿਕ ਪਲੈਂਟਰ ਲੂਹਾਂ ਵਾਲਾ ਜਿਹੜਾ ਪੋਟੈਟੋ ਪਲੈਂਟਰ ਤੇ ਪੋਟੈਟੋ ਡਿਗਰ ਝੋਨੇ ਦੀ ਪਨੀਰੀ ਦੀ ਮਸ਼ੀਨੀ ਲਵਾਈਲੀ ਪੈਡੀ ਟ੍ਰਾਂਸਪਲੈਂਟਰ ਵਾਕ ਬਿਹਾਈਂਡ ਜਾਂ ਸੈਲਫ ਚਾਲਕ 6 ਲਾਈਨਾਂ ਵਾਲਾ ਤੇ 8 ਲਾਈਨਾਂ ਵਾਲੀ ਝੋਨੇ ਦੀ ਪਨੀਰੀ ਬੀਜਣ ਵਾਲੀ ਮਸ਼ੀਨ ਜਾਂ ਫਿਰ ਡੀਐਸਆਰ ਵਿਦ ਸਪਰੇਅ ਅਟੈਚਮੈਂਟ ਝੋਨੇ ਦੀ ਸਿੱਧੀ ਬਜਾਈ ਵਾਲੀ ਮਸ਼ੀਨ ਨਿਊ ਮੈਟਿਕ ਵੈਜੀਟੇਬਲ ਸੀਡਰ ਸਬਜ਼ੀਆਂ ਦੀ ਜਿਹੜੀ ਮਸ਼ੀਨ ਮੇਜ਼ ਥਰੇਸ਼ਰ ਮੱਕੀ ਕੱਢਣ ਵਾਲਾ ਜਿਹੜੀ ਮਸ਼ੀਨ ਹੈ ਮੇਜ਼ ਸੈਲਰ ਮੇਜ਼ ਡਰਾਇਰ ਮੱਕੀ ਨੂੰ ਸੁਕਾਉਣ ਵਾਲਾ ਪਾਵਰ ਵੀਡਰ ਇਸ ਤੋਂ ਇਲਾਵਾ ਟਰੈਕਟਰ ਵਾਲਾ ਵੀਡਰ ਅਤੇ ਸਪਰੇਅ ਪੰਪ ਜਿਹੜੇ ਨੇ ਨੈਪਸਿਕ ਇੰਜਣ ਵਾਲੇ ਟਰੈਕਟਰ ਵਾਲੇ ਬੂਮ ਸਪਰੇਅਰ ਅਤੇ ਟਰੈਕਟਰ ਵਾਲੇ 에ਅਰ ਕੈਰੀਅਰ ਅਸੀਸਟਿਡ ਇਲੈਕਟ੍ਰੋਸਟੈਟਿਕ ਮਿਸਟ ਬਲੂਅਰ ਕਮ ਡਸਟਰਰ ਸਮੇਮ ਸਕੀਮ 2018-19 ਦੀਆਂ ਜਿਹੜੀ ਰਿਵਾਈਜ਼ ਗਾਈਡਲਾਈਨ ਦੇ ਆਧਾਰ ਤੇ ਮਹਈਆ ਕਰਵਾਉਣ ਵਾਲੀਆਂ ਕਿਸਾਨਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਇਹਦੇ ਤੋਂ ਇਲਾਵਾ 10 ਲੱਖ 25 ਲੱਖ 40 ਲੱਖ ਦੇ ਰੁਪਏ ਦੀ ਲਗਤ ਵਾਲੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਝੋਨੇ ਅਤੇ ਹੋਰ ਫਸਲਾਂ ਦੀ ਰਹਿਦ ਖੂੰਦ ਸੰਭਣ ਵਾਲੀਆਂ ਮਸ਼ੀਨਾ ਲੇਜ਼ਰ ਲੈਵਲਰ ਅਤੇ ਹੋਰ ਸੂਧਰੀਆਂ ਮਸ਼ੀਨਾਂ ਜਿਹੜੀਆਂ ਕਿ ਪਹਿਲਾਂ ਦੱਸੀਆਂ ਗਈਆਂ ਨੇ ਇਹ ਸ਼ਾਮਲ ਨੇ ਇਸ ਤੋਂ ਇਲਾਵਾ 1 ਕਰੋੜ ਤੱਕ ਵਾਲੇ ਜਿਹੜੇ ਹਾਈ ਟੈਕ ਕਸਟਮ ਹਾਇਰਿੰਗ ਸੈਟਰ ਫਾਰ 슈ਗਰ ਕੇਨ ਹਾਰਵੈਸਟਰ ਸਥਾਪਿਤ ਕਰ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਨੇ ਇਸ ਨੂੰ ਗੰਨੇ ਬੀਜਣ ਵਾਲੇ ਜਿਹੜੇ ਕਿਸਾਨ ਨੇ ਉਹ ਧਿਆਨ ਨਾਲ ਜਿਹੜਾ ਸੁਣ ਲੈਣਾ ਸਬਸਿਡੀ ਦੀਆਂ ਦਰਾਂ ਜਿਹੜੀਆਂ ਨੇ ਅਨਸੂਚਿਤ ਜਾਤੀ ਛੋਟੇ ਕਿਸਾਨ ਸੀਮਾਤ ਕਿਸਾਨ ਕਿਸਾਨ ਬੀਬੀਆਂ ਲਈ 50% ਦੀ ਦਰ ਤੋਂ ਅਤੇ ਵੱਧ ਤੋਂ ਵੱਧ ਨਿਰਧਾਰਤ ਕੀਤੀ ਗਈ ਪ੍ਰਤੀ ਮਸ਼ੀਨ ਸਬਸਿਡੀ ਵਿੱਚੋਂ ਜਿਹੜਾ ਵੀ ਘਟ ਹੋਵੇ ਅਤੇ ਬਾਕੀ ਕਿਸਾਨਾਂ ਲਈ 40% ਦੀ ਦਰ ਤੇ ਵੱਧ ਤੋਂ ਵੱਧ ਪ੍ਰਤੀ ਮਸ਼ੀਨ ਨਿਰਧਾਰਤ ਜਿਹੜੀ ਇਹ ਕੀਤੀ ਗਈ ਹੈ ਸਬਸਿਡੀ ਦੇ ਜਿਹੜੀ ਕਿ ਵਿੱਚੋਂ ਜੋ ਵੀ ਘਟ ਹੋਵੇ ਉਹ ਮੁਹैया करवाई ਜਾਵੇਗੀ ਫਾਰਮ ਮਸ਼ੀਨਰੀ ਬੈਂਕਾਂ ਜਿਨ੍ਹਾਂ ਵਿੱਚ 35% ਦੀ ਰਾਸ਼ੀ ਪਰਾਲੀ ਤੇ ਹੋਰ ਫਸਲਾਂ ਦੀ ਰੈਂਦ ਖੁੰਦ ਵਾਲੀ ਮਸ਼ੀਨਰੀ ਹੋਵੇਗੀ ਉਸ ਨੂੰ ਪਹਿਲ ਦਿੱਤੀ ਜਾਣੀ ਹੈ ਵਿਭਾਗ ਨੇਲ ਨਾਮਜਿਤ ਫਰਮਾਂ ਦੀ ਸੂਚੀ ਅਤੇ ਉਹਨਾਂ ਦੀਆਂ ਕੀਮਤਾਂ ਵਿਭਾਗ ਦੀ ਵੈਬਸਾਈਟ www.agripb.gov.in ਤੇ ਵੇਖੀ ਜਾ ਸਕਦੀ ਹੈ ਕਿਸਾਨ ਕੰਪਨੀ ਦੀ ਚੋਣ ਬਾਅਦ ਵਿੱਚ ਵੀ ਕਰ ਸਕਦੇ ਨੇ ਇਹਨਾਂ ਮਸ਼ੀਨਾਂ ਬਾਬਤ ਵੱਖ-ਵੱਖ ਕਿਸਾਨ ਦੀ ਸ਼੍ਰੇਣੀ ਅਨੁਸਾਰ ਅਤੇ ਮਸ਼ੀਨ ਦੀ ਕਿਸਮ ਦੇ ਅਨੁਸਾਰ ਬਿਨੇ ਪੱਤਰ ਜ਼ਿਲ੍ਹਾ ਪੱਧਰ ਤੇ ਮੁੱਖ ਖੇਤੀਬਾੜੀ ਅਫਸਰ ਅਤੇ ਬਲਾਕ ਪੱਧਰ ਤੇ ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਵਿੱਚ ਮਿਤੀ 30 ਦਸੰਬਰ 2019 ਤੱਕ ਜਮ੍ਹਾਂ ਕਰਵਾ ਸਕਦੇ ਹੋ ਇਹ ਅਰਜ਼ੀਆਂ ਭਾਰਤ ਸਰਕਾਰ ਦੇ ਡੀਬੀਟੀ ਪੋਰਟਲ ਆਈਐਨ ਐਗਰੀਕਲਚਰ ਮੈਕਨਾਈਜ਼ੇਸ਼ਨ agrimachinery.nic.in یعنی a g r i m a c h i n e r y n i c i n ਪੋਰਟਲ ਉੱਪਰ ਰਜਿਸਟਰ ਵੀ ਕਰਨੇ ਜ਼ਰੂਰੀ ਹੋਣਗੇ ਜਿਹੜਾ ਪਦਰੀ ਕਮੇਟੀਆਂ ਵੱਲੋਂ ਅਰਜ਼ੀਆਂ ਪ੍ਰਮਾਣ ਹੋਣ ਤੇ ਹੀ ਸਬਸਿਡੀ ਦੇਣ ਬਾਬਤ ਯੋਗ ਸਮਝਿਆ ਜਾਵੇਗਾ ਤੇ ਇਸ ਸੂਚਨਾ ਨੂੰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਿਹੜਾ ਉਹ ਜਾਰੀ ਕੀਤਾ ਗਿਆ ਸੋ ਕਿਸਾਨ ਵੀਰੋ ਇਸ ਦਾ ਫਾਇਦਾ ਲੈਣ ਲਈ ਇਸ ਸਕੀਮ ਦਾ ਕਿਰਪਾ ਕਰਕੇ ਨੇੜੇ ਦੇ ਜਿਹੜੇ ਖੇਤੀਬਾੜੀ ਦਫ਼ਤਰੇ ਉਹਨਾਂ ਨਾਲ ਸੰਪਰਕ ਕਰੋ ਤਾਂ ਕਿ ਜਿਹੜੇ ਕਿਸਾਨ ਚਾਹਵਾਨ ਨੇ ਇਹਨਾਂ ਮਸ਼ੀਨਰੀ ਸੰਧਾਂ ਨੂੰ ਲੈਣ ਬਾਬਤ ਤੇ ਉਹ ਸਹੀ ਸਮੇਂ ਤੇ ਇਹਨਾਂ ਸੰਧਾਂ ਦੇ ਵਿੱਚੋਂ ਕੋਈ ਵੀ ਸੰਧ ਖਰੀਦ ਸਕਦੇ ਨੇ 40 ਤੋਂ 50% ਦੀ ਸਬਸਿਡੀ ਤੇ ਤੇ ਇਸ ਦੇ ਵਿੱਚ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਤੱਕ ਦੀ ਲਗਤ ਜਿਹੜੀ ਇਹ ਉਹ ਆਵੇਗੀ ਜਿਸ ਦੇ ਵਿੱਚੋਂ 1 ਕਰੋੜ ਵਾਲਾ ਜਿਹੜਾ ਵੱਡਾ ਬੈਂਕ ਸਥਾਪਿਤ ਕੀਤਾ ਜਾਵੇਗਾ ਉਸ ਦੇ ਉੱਪਰ 40 ਲੱਖ ਰੁਪਏ ਤੋਂ ਲੈ ਕੇ 50 ਲੱਖ ਤੱਕ ਜਿਹੜੀ ਉਹ ਸਬਸਿਡੀ ਹੋਵੇਗੀ ਤੇ ਇਸ ਦੇ ਵਿੱਚ ਗੰਨੇ ਦੀ ਹਾਰਵੈਸਟਿੰਗ ਜਾਨੀ ਗੰਨੇ ਦੀ ਕਟਾਈ ਛਲਾਈ ਵਗੈਰਾ ਵਾਸਤੇ ਜਿਹੜੀਆਂ ਮਸ਼ੀਨਾਂ ਨੇ ਉਸ ਦਾ ਵੀ ਪ੍ਰਬੰਧ ਹੋਵੇਗਾ ਉਹ ਮਸ਼ੀਨਾਂ ਵੀ ਖਰੀਦੀਆਂ ਜਾ ਸਕਦੀਆਂ ਨੇ ਸੋ ਨੇੜੇ ਦੇ ਜਿਹੜੇ ਖੇਤੀਬਾੜੀ ਅਫਸਰ ਨੇ ਉਹਨਾਂ ਨੂੰ ਮਿਲੋ ਤੇ ਮੌਕੇ ਦਾ ਫਾਇਦਾ ਉਠਾਓ ਸੋ ਦੋਸਤੋ ਦਿਓ ਯਾਜਤ ਬਹੁਤ ਬਹੁਤ ਧੰਨਵਾਦ